ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਉੱਤੇ। ਅਤੇ ਲਓ ਜੀ ਆ ਗਿਆ ਇੱਕ ਹੋਰ ਨਿਊ ਵੀਡੀਓ ਲੈ ਕੇ ਤੁਹਾਡੇ ਲਈ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਅਤੇ ਕੋਈ ਮੈਨੂੰ ਚੈਲੇਂਜ ਦੱਸੋ ਵੀ ਹਾਂ ਇੱਦਾਂ ਕਰ ਜਾਂ ਇੱਦਾਂ ਕਰ, ਕਮੈਂਟ 'ਚ ਦੱਸੋ। ਜਿਹੜੇ ਮੇਰੇ ਯਾਰ ਦੋਸਤ ਆ ਪਿਆਰ ਕਰਦੇ ਆ ਸਾਨੂੰ ਕੋਈ ਨਵੇਂ ਨਵੇਂ ਚੀਜ਼ਾਂ ਦੱਸੋ ਵੀ ਐਂ ਕਰੋ ਆਹ ਚੈਲੇਂਜ ਕਰੋ, ਤਾਂ ਵੀਰੇ ਅਸੀਂ ਜ਼ਰੂਰ ਕਰਾਂਗੇ, ਕਮੈਂਟਾਂ ਅਸੀਂ ਜ਼ਰੂਰ ਰੀਡ ਕਰਦੇ ਹਾਂ। ਅਤੇ ਆਪਾਂ ਉੱਤਰ ਗਿਆ ਜੋਰਜ ਪੁੱਲ, ਅਤੇ ਜਦੋਂ ਦਾ ਆਹ ਜੋਰਜ ਪੁੱਲ ਅਪਡੇਟ ਜਿਹਾ ਹੋਇਆ ਹੈ ਨਾ, ਉਦੋਂ ਦੀਆਂ ਗੰਨਾਂ ਜੀਆਂ ਉਰੇ ਘਾਟੇ ਮਿਲਣ ਲੱਗ ਜਾਂਦੀਆਂ। ਅਤੇ ਇੱਕ ਬੰਦਾ ਦਾ ਨੌਕ ਕਰਤਾ ਅਤੇ ਉਰੇ ਇੰਨੇ ਲੂਟ ਲਾਟ ਕਰਦੇ ਹਾਂ, ਦੇਖਿਓ ਮੈਚ ਫੁੱਲ ਸਿਰੇ ਜਾਣੇ ਵਾਲਾ। ਅਤੇ ਉਰੇ ਮੇਰੇ ਕੋਲ ਗੋਲੀਆਂ ਮੁੱਕ ਜਾਂਦੀਆਂ, ਬੋਟ ਜਿਹਾ ਖੜ੍ਹਾ ਹੁੰਦਾ M416 ਲਈ, ਅਤੇ ਇਹ ਵੀ ਬਹੁਤ ਡੈਮੇਜ ਦੇ ਦਿੰਦਾ ਮੈਨੂੰ, ਪਰ ਜਗਾੜ ਲਾ ਕੇ ਮੁੱਕੀਆਂ ਮਾਕੀਆਂ ਮਾਰ ਕੇ ਖੜ੍ਹਾ ਨੀਵਾਂ ਹੋ ਕੇ। ਉਰੇ ਦੇਖੋ ਸਾਰੇ ਬੰਦੇ ਅਸੀਂ ਭੱਜੇ ਜਾਂਦੇ ਆ, ਸਾਨੂੰ ਗੰਨਾਂ ਨਹੀਂ ਮਿਲੀਆਂ, ਬੋਟ M416 ਲਈ ਫਿਰਦੇ ਨੇ। ਅਤੇ ਹੁਣ ਤੁਹਾਡੇ ਭਾਈ ਕੋਲ ਆ ਗਈ M416 ਬੰਦੇ ਖਾਣੀ, ਦੇਖਿਓ ਫਿਰ ਪੈਂਦੇ ਪੜਾਕੇ। ਅਤੇ ਉਰੇ ਜਿਹੜਾ ਬੰਦਾ ਮੈਂ ਨੌਕ ਨਹੀਂ ਕਰਿਆ ਸੀ ਉੱਤਰ ਕੇ, ਉਹ ਪਿਸਟਲ ਨਾਲ, ਅਤੇ ਉਰੇ ਰਿਵਾਈਵ ਹੋ ਜਾਂਦਾ, ਉਹ ਹੈਲਥ ਪੂਰੀ ਕਰ ਰਿਹਾ ਹੁੰਦਾ। ਮੈਂ ਕੋਈ ਨਾ ਮੈਂ ਕਰਦਾ ਤੇਰੀ ਹੈਲਥ, ਫਿਰ ਮੈਂ ਰਿਕਵਰ 'ਚ ਗਿਆ ਇਹਦੇ ਨਾਲ ਦਾ ਟੀਮਮੇਟ, ਦੇਖੋ ਉਹਨੇ ਗੋਲੀਆਂ 'ਤੇ ਲਾਈਆਂ ਵਾਧੂ ਮੇਰੇ 'ਤੇ। ਇਹ ਵੀ ਬੜੀ ਆਸਾਨੀ ਨਾਲ ਪਿਘਲਤਾ ਆਪਾਂ ਨੇ। ਅਤੇ ਵੀਡੀਓ ਪੂਰੀ ਜ਼ਰੂਰ ਦੇਖਿਓ, ਫੁੱਲ ਸਵਾਦ ਆਉਣ ਵਾਲਾ। ਬਾਈ ਗੱਲ ਕਰ ਦਿੰਦੇ ਹਾਂ, ਚਿਕਨ ਡਿਨਰ। ਅਤੇ ਉਰੇ ਆਪਾਂ ਹੁਣ ਦੇਖਦੇ ਹਾਂ ਵੀ ਕਿੱਥੇ ਜਾਈਏ, ਕਿੱਥੇ ਕੀ ਕਰੀਏ। ਅਤੇ ਫਿਰ ਮੈਂ ਆਪਦੇ ਟੀਮਮੇਟ ਨੂੰ ਕਹਿੰਦਾ ਵੀ ਆ ਜਾ ਮਿੱਤਰਾ ਚੱਲੀਏ, ਚਲੋ ਇੰਨੇ ਮੈਂ ਰੀਲੋਡ ਰੀਲੋਡ ਕਰਦਾ। ਅਤੇ ਗੱਡੀ ਖੜ੍ਹੀ ਹੁੰਦੀ ਆ, ਇੰਨੇ ਮੈਨੂੰ ਬੋਰਡ ਦੇਖ ਜਾਂਦਾ, ਕੋਈ ਬੋਰਡ ਨਹੀਂ ਪਤਾ ਸੀ ਬੰਦਾ ਸੀ। ਮੈਂ ਸਿੰਗਲ ਟੈਪ 'ਤੇ ਕਰਕੇ ਸਿੰਗਲ ਸ਼ਾਟ ਮਾਰਿਆ ਇਹਦੇ, ਅਤੇ ਗਾਹਾਂ ਗਲਤੀ ਨਾਲ ਹੈੱਡ ਸ਼ਾਟ ਵੀ ਦੇਖਣ ਨੂੰ ਮਿਲਣਗੇ AMW ਦੇ। ਅਤੇ ਉਰੇ ਗੱਡੀ ਚੱਕਦੇ ਹਾਂ, ਚੱਲਦੇ ਹਾਂ ਉਰੋਂ ਟੀਮਮੇਟ ਨੂੰ ਬਿਠਾ ਕੇ। ਇੰਨੇ 'ਚ ਇੱਕ ਹੋਰ ਬੰਦਾ ਆ ਜਾਂਦਾ, ਬੰਦੇ ਪਤਾ ਨਹੀਂ ਕੀ ਕਰਦੇ ਆ, ਗੋਲੀਆਂ ਦੂਰੋਂ ਨਹੀਂ ਚਲਾਉਂਦੇ, ਜਦੋਂ ਉਹਨਾਂ ਦੇ ਗੋਲੀਆਂ ਪੈਣ ਲੱਗ ਜਾਣਗੀਆਂ ਉਦੋਂ ਗੋਲੀਆਂ ਚਲਾਉਣਗੇ। ਅਤੇ ਉਰੇ ਜਿਹੜਾ ਬੋਟ ਮਾਰਿਆ ਸੀ ਉਹਦਾ ਵੀ ਕਿੱਲ ਆਪਾਂ ਨੂੰ ਮਿਲ ਗਿਆ। ਅਤੇ ਹੁਣ ਚੱਲਾਂਗੇ ਆਪਾਂ ਰਜੌਕ ਪਚਿੰਕੀ, ਸੱਚ ਪਚਿੰਕੀ ਉਰੇ ਗੋਲੀਆਂ ਚੱਲ ਰਹੀਆਂ ਹੁੰਦੀਆਂ, ਮਹਾ ਚਲੋ ਦੇਖੀਏ ਫਿਰ ਪਹੁੰਚੀਏ, ਕਿੱਲ ਦੀ ਤਾਂ ਆਪਾਂ ਨੂੰ ਭੁੱਖ ਹੈ, ਹੋਰ ਕਾਹਦੀ ਭੁੱਖ ਹੈ। ਅਤੇ ਉਰੇ ਆ ਕੇ ਦੇਖਦੇ ਹਾਂ ਭਾਈ, ਆ ਪੂਰੀ ਬੈੱਡ ਜਿਹਾ ਮਿਲ ਜਾਂਦਾ, ਮਹਾ ਚਲੋ ਨਜ਼ਾਰਾ ਹੀ ਆ ਗਿਆ। ਅਤੇ ਉਰੇ ਮੈਨੂੰ ਬੰਦਾ ਦੇਖ ਦਿੰਦਾ, ਮੈਂ ਕਾਵਰ 'ਚ ਜਾ ਰਿਹਾ ਦੇਖੋ ਰਹਿ ਗਿਆ, ਇਹਨੂੰ ਮੈਂ ਥੋੜ੍ਹਾ ਜਿਹਾ ਡੈਮੇਜ ਦੇ ਦਿੰਦਾ ਅਤੇ ਸਾਈਡ 'ਤੇ ਹੋ ਜਾਂਦਾ ਕਾਵਰ 'ਤੇ, ਨਹੀਂ ਤਾਂ ਪੂਰਾ ਹੀ ਫੇਲ ਦਿੰਦੇ। ਅਤੇ ਮੈਂ ਹੁਣ ਜਾਂਦਾ ਗੰਨ ਚੇਂਜ ਕਰਕੇ, ਵੀ ਹੁਣ ਮੈਂ ਕਾਵਰ 'ਚ ਰਹਿ ਰਿਹਾ, ਜੇ ਮੈਂ ਓਪਨ ਜਾਂਦਾ ਉਹਦੇ ਕੋਲ ਕਾਵਰ ਹੁੰਦਾ ਅਤੇ ਮੈਨੂੰ ਮਾਰ ਦਿੰਦਾ। ਮੈਂ ਹੁਣ ਬਹੁਤ ਧਿਆਨ ਨਾਲ ਖੇਡਦਾ ਵੀ ਕਾਵਰ 'ਚ ਰਹੀਏ, ਤੁਸੀਂ ਵੀ ਬੈਕ ਦੇਖ ਕੇ ਪੂਰਾ ਫੇਰ ਤੁਰਿਆ ਕਰੋਗਾ। ਹੁਣ ਮੈਂ ਪਹਿਲਾਂ ਉਰੇ ਦੇਖਦਾ ਵੀ ਉਰੇ ਘਰ 'ਚ ਹੋਊਗਾ ਰੁਕ ਕੇ, ਪਰ ਉਰੇ ਵੀ ਨਹੀਂ ਹੁੰਦਾ, ਉਹ ਨਾਲ ਵਾਲੇ ਘਰ 'ਚ ਵਗ ਜਾਂਦਾ, ਫਿਰ ਉੱਥੇ ਵੀ ਜਾਵਾਂਗੇ। ਮੈਂ ਆਪਦੇ ਟੀਮਮੇਟ ਨੂੰ ਕਹਿ ਦਿੰਦਾ ਵੀ ਭਾਈ ਨਾਲ ਰਹਿ ਮੇਰੇ ਕਿਤੇ ਹੋਰ ਉਰੇ, ਅਤੇ ਦੇਖੇ ਉਰੇ ਕਿਵੇਂ ਕੈਂਪਿੰਗ ਕਰਕੇ ਬੈਠਾ ਹੋਊ, ਵੀ ਪੌੜੀਆਂ ਚੜ੍ਹਨਗੇ ਮਾਰ ਦੂੰਗਾ। ਪਚਿੰਕੀ 'ਚ ਕੈਂਪਿੰਗ ਬਹੁਤ ਕਰਦੇ ਆ, ਦੇਖਿਆ ਸੀ ਕਿਵੇਂ ਬੈਠਾ ਸੀ। ਚਲੋ ਲੂਟ ਲਾਟ ਦਾ ਜਾਂ ਤਾਂ ਕੰਮ ਪੂਰਾ ਹੋ ਜਾਂਦਾ, ਬਾਬੇ ਇੰਨੀ ਲੋੜ ਮਿਲਦੀ ਹੈ ਨਾ ਸਾਨੂੰ ਅੱਗੇ ਜਾ ਕੇ, ਛੱਡ ਦਿਓ ਗੱਲਾਂ, ਡਰੋਪ ਲੁੱਟਣ ਦੀ ਲੋੜ ਹੀ ਨਹੀਂ ਪਈ। ਏ ਟੈਕਸ ਆ ਦੇਖੋ, ਲੂਟ ਦੇ ਲਾਲਚ, ਉਹ ਬੋਰਡ ਭਾਜੀ ਆ ਗਏ, ਇੱਕ ਇੱਧਰੋਂ ਵੀ ਲੱਗ ਜਾਂਦਾ ਚਲਾਉਣ ਗੋਲੀ ਇਹਨੂੰ ਵੀ।
ਪਿਆਰ ਨਾਲ ਠੇਲ ਦਿੱਤਾ ਜਾਂਦਾ, ਪਿੱਛੇ ਨੂੰ ਢੁਕਣੇ ਭਾਰਵੇਂ ਗਿਰਦਾ ਇਹ। ਅਤੇ ਹੁਣ ਆਪਾਂ ਇੰਨੇ ਰਜਾਓ ਕੋਰੇ ਗੱਡੀ ਖੜ੍ਹੀ ਹੁੰਦੀ ਆ, ਮੈਂ ਬੰਦੇ ਜ਼ਰੂਰ ਹੋਣਗੇ, ਅਤੇ ਉਰੇ ਆ ਕੇ ਦੇਖਦੇ ਹਾਂ। ਦੇਖਿਓ ਫਿਰ ਇਹਨਾਂ ਦੇ ਪਿੱਲ ਪੈਂਦਾ, ਛਾਲਾਂ ਦੇਖਿਓ ਗੱਡੀ ਮਾਰੂਗਾ ਉਹ, ਐਵੇਂ ਛਾਲਾਂ ਨਾਲ ਪਹੁੰਚ ਜਾਏਗਾ ਉਹਨੂੰ। ਚੱਕੋ ਇੱਕ ਤਾਂ ਨਾ ਹੋਗਾ, ਇੱਕ ਬੰਦਾ ਇਹਦਾ ਪੈ ਜਾਂਦਾ, ਸਿਆਣਾ ਬਣਦਾ, ਆਹ ਪੈ ਜਾਂਦਾ। ਅਤੇ ਦੇਖਿਓ ਬਾਬੇ ਹੁਣ ਲੂਟ ਮਿਲੂਗੀ ਨਾ ਕੁਛ ਸਾਨੂੰ, M24 ਮਿਲ ਜਾਂਦੀ ਆ ਉਰੇ, ਸਭ ਕੁਛ ਮਿਲ ਜਾਂਦਾ। ਇਹ ਮੈਚ ਬੰਦੇ ਵਧੀਆ ਵੀ ਆਏ ਸੀਗੇ, ਵਿੱਚ ਬੋਰਡ ਜੇ ਵੀ ਆਏ ਸੀਗੇ, ਪਰ ਆਹ ਬੰਦਿਆਂ ਨੇ ਲੂਟ ਦਿੱਤੀਆਂ ਨੇ, ਅਤੇ ਇੱਕ ਅੱਗੇ ਆਉਣਗੇ ਉਹ ਲੂਟ ਦੇਣਗੇ ਨਾ, ਛੱਡਦੇ ਗੱਲਾਂ। ਅਤੇ ਉਰੇ ਆਪਾਂ ਲੂਟ ਲਾਟ ਕਰਦੇ ਹਾਂ, ਲੂਟ ਲਾਟ ਕਰਨ ਤੋਂ ਬਾਅਦ ਠੰਡੇ ਠੁੰਡੇ ਜੇ ਪੀ ਕੇ ਫਿਰ ਉਰੇ ਹੋਰ ਝਾਤੀ ਦੇਖਦੇ ਹਾਂ, ਕੋਈ M24 ਚੱਕ ਲਈ ਆ ਤੁਹਾਡੇ ਭਾਈ ਨੇ, ਦੇਖਿਓ ਹੁਣ ਤੁਹਾਨੂੰ ਹੈੱਡ ਸ਼ੋਟ ਵੀ ਦੇਖਣਗੇ। ਕਰੋ ਵੀਡੀਓ ਇੰਜੋਏ। ਅਤੇ ਉਰੇ ਹੁਣ ਆਪਾਂ ਦੇਖਦੇ ਹਾਂ ਵੀ ਬੰਦੇ ਹੋਣਗੇ ਸਕੂਲ ਸਕਾਲ 'ਚ ਜਾਂ ਕਿਤੇ ਹੋਰ। ਅਤੇ ਉਰੇ ਮੈਂ ਗੇੜਾ ਭਲਵਾਨੀ ਗੇੜਾ ਦਿੰਦਾ ਆਲੇ ਦੁਆਲੇ ਨੂੰ, ਦੇਖਦਾ ਚੱਲ ਇੰਨੇ ਨੂੰ ਮੈਨੂੰ ਭੱਜਿਆ ਦਿਖ ਜਾਂਦਾ ਇੱਕ, ਐਂ ਆਉਂਦਾ ਸਾਡੇ ਵੀ ਨਹੀਂ ਵੀ ਜੇ ਮੈਂ ਜਾਣ ਸਾਰੇ ਚੱਕ ਦੂੰਗਾ, ਪਰ ਵਿਚਾਰੇ ਦੀ ਕਿਸਮਤ ਮਾੜੀ, ਲੁੱਬੀ 'ਚ ਭੇਜਤਾ। ਵੈਸੇ ਮੇਰਾ ਕਿੱਲ ਚੋਰੀ ਕਰ ਲਿਆ ਸੀ ਮਾੜੇ ਵੀਰੇ ਨੇ, ਪਰ ਮੈਂ ਥੋੜ੍ਹਾ ਜਿਹਾ ਫਰਕ ਰਹਿ ਗਿਆ, ਦੇਖਿਓ ਨਾਲੇ ਚਲਾਓ। ਅਤੇ ਉਹ ਆਉਂਦਾ, ਦੇਖਿਓ ਹੁਣ ਇਹਦੇ ਸ਼ੋਟ ਲੱਗਦਾ ਆਏ ਹੈ। ਜੇ ਆਹ ਸ਼ੋਟ ਵਧੀਆ ਲੱਗਿਆ ਹੋਵੇ ਨਾ ਤੁਹਾਨੂੰ ਬਾਈ ਜੀ, ਲਾਈਕ ਜ਼ਰੂਰ ਕਰਿਓ, ਨਾਲੇ ਸ਼ੇਅਰ ਅਤੇ ਨਾਲੇ ਕਮੈਂਟ। ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਅਤੇ ਅੱਗੇ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ। ਅਤੇ ਉਰੇ ਗੋਲੀਆਂ ਲੱਗ ਜਾਂਦੇ ਆ, ਚਲਾਉਣ ਮੈਨੂੰ ਆਇਆ ਸੀ ਬੱਗੀ ਖੜ੍ਹੀ ਆ ਉਰੇ ਵੀ ਬੰਦਾ ਪਿਆ ਨਾ ਹੋਵੇ ਉੱਥੇ ਦਰਖਤ ਪਿੱਛੇ, ਪਰ ਨਹੀਂ, ਜੋ ਦੇਖਿਆ ਉੱਧਰੋਂ ਚੱਲ ਰਹੀਆਂ ਸੀਆਂ। ਅਤੇ ਜੇ ਆਹ ਸ਼ੋਟ ਵੀ ਵਧੀਆ ਲੱਗਿਆ ਹੋਵੇ, ਪਹਿਲਾਂ ਤਾਂ Level 3 ਹੁੰਦਾ ਨਾ ਤਾਂ ਕਰਕੇ ਚੁੱਕ ਜਾਂਦਾ, ਫਿਰ ਹੁਣ ਨਹੀਂ ਚੁੱਕਣ ਦਿੰਦੇ। ਦੇਖਿਓ ਫਿਰ ਗੋਲੀਆਂ ਲੱਗ ਗਿਆ ਚਲਾਉਣ, ਨਾਲੇ M-WU ਹੁੰਦੀ ਆ ਖਾਨੀ, M-WU M ਕੀ ਕਹਿੰਦੇ ਹੁੰਦੇ ਆ ਉਹਨੂੰ। ਅੱਜ ਸ਼ੋਟ ਵਧੀਆ ਲੱਗਿਆ ਹੋਵੇ ਨਾ ਤੁਹਾਡਾ ਮੱਲੋ ਮੱਲੀਓ ਹੱਥ ਲਾਈਕ ਅਤੇ ਸਬਸਕ੍ਰਾਈਬ, ਇੰਨੇ ਨੂੰ ਬਣੇ ਵੀਰੇ ਨੇ ਚੱਕਤਾ ਦੂਗਾ ਉਹਨਾਂ ਦਾ, ਦੋਹੇ ਭਾਈ ਇਕੱਠੇ ਹੋਏ ਵੇ ਆ, ਭੰਗੂ ਭੰਗੂ ਦੇਵਾਂਗੇ ਥੋੜ੍ਹੀ ਕਿਸੇ ਤੋਂ। ਅਤੇ ਇਹਨਾਂ ਕੋਲੋਂ ਵੀ ਲੂਟ ਮਿਲਦੀ ਆ, ਮੈਂ ਉਰੇ ਦੇਖ ਲੈਂਦਾ ਵੀ ਗੱਡੀ ਖੜ੍ਹੀ ਆ, ਮੈਨੂੰ ਪਤਾ ਸੀ ਵੀ ਇੱਧਰੋਂ ਵੀ ਬੰਦੇ ਆਉਣਗੇ। ਦੇਖਿਓ ਉਰੇ ਫਿਰ ਕਿੰਨੇ ਜਾਣੇ ਪਹਿਲਾਂਗੇ, 12 ਕਿੱਲ ਨੇ, ਦੇਖਿਓ ਉਰੇ ਫਿਰ ਕਿੱਲ ਕਿੰਨੇ ਹੁੰਦੇ, ਬੰਦੇ ਬੰਦੇ ਆਉਣਗੇ ਵੇ। ਇਹੋ ਜਿਹੀ ਕਰਮ ਵਾਲੀ ਜਗ੍ਹਾ ਮਿਲੀ ਇਹ, ਕਿੱਲੇ ਕਿੱਲ ਕਿੱਲੇ ਕਿੱਲ ਕਿੱਲੇ ਕਿੱਲ ਬੰਦੀ ਬੰਦੇ, ਦੇਖੋ ਫਿਰ ਲੂਟ ਇਹਨਾਂ ਕੋਲ ਸਵਾਦ ਹੀ ਆ ਜਾਂਦਾ। ਪਤਾ ਨਹੀਂ ਕੀ ਹੋਇਆ ਮੈਚ ਦੇਖੀ ਲਾਸਟ 'ਤੇ, ਮਣਾ ਵੀਰਾ ਵੀ ਕਹੂਗਾ ਵੀ ਆਪਾਂ ਦੂਏ ਲੋਡੇ ਖੇਡੇ ਹਾਂ, ਆਪਣ ਜਮੀ ਵੀ ਨਹੀਂ ਡਰੇ ਡੁਰੇ ਹੈਗੇ। ਮੈਂ ਮਣੇ ਵੀਰੇ ਨੂੰ ਕਿਹਾ ਸੀ ਮੈਂ ਆਪਾਂ ਡਰ ਕੇ ਨਹੀਂ ਖੇਡਣਾ, ਆਪਾਂ ਦੂਏ ਲੋਡੇ ਠੋਕਣੇ ਬੰਦੇ ਜਾ ਵੀਰੇ, 10 ਮੈਚ ਹੋ ਗਏ ਖੇਡਦੇ ਨੂੰ, ਹਰੇਕ ਮੈਚ ਉੱਤਰ ਨਹੀਂ ਦਿੰਦੇ, ਜਦੀ ਬੜਾਂਗਾ ਕਰ ਦਿੰਦੇ ਆ, ਲੁਕ ਲੁਕ ਕੇ ਜੇ ਖੇਡਦੇ ਆ ਜਦ। ਮੈਂ ਵੀਰੇ ਨੂੰ ਕਹਿਤਾ ਮੈਂ ਹੁਣ ਆਪਾਂ ਦੂਜੇ ਲੋੜੇ ਖੇਡਣਾ, ਵੀ ਮਰ ਜਾਵਾਂਗੇ ਦੁਬਾਰੇ ਲਾ ਲਾਂਗੇ, ਵੀ ਵੀਡੀਓ ਫੁੱਲ ਸਿਰੇ ਬਣਾਉਣੀ ਆ, ਕੁਛ ਹੋ ਜਾਵੇ ਫਿਰ ਅਸੀਂ ਬਿਨਾਂ ਡਰੇ ਵੀ ਕੁਛ ਨਹੀਂ ਹੁੰਦਾ। ਫਿਰ ਦੇਖੋ ਕੀ ਪੜਾਕੇ ਪਾਏ ਆਪਾਂ ਨੇ, ਛੱਡ ਦਿਓ ਗੱਲਾਂ, ਅਤੇ ਉਰੇ ਮੈਨੂੰ ਆਵਾਜ਼ ਆ ਜਾਂਦੀ ਆ ਏਅਰਫੋਨਾਂ 'ਚ ਬੰਦੇ ਦੀ, ਚੁੱਕ ਕੇ ਆ ਰਿਹਾ ਹੁੰਦਾ, ਇਹ ਦੋ ਨਾਲ ਦੀ ਨਾਲ ਪੇਲ ਦਿੱਤੇ ਗਏ।
ਹੈੱਡਫੋਨ ਲਗਾ ਕੇ ਖੇਡਿਆ ਕਰੋ, ਬਹੁਤ ਹੁੰਦਾ। ਆਹ ਦੇਖੋ ਹੁਣ ਉੱਧਰੋਂ ਦੇਖੋ ਕਿੰਨੇ ਬੰਦੇ ਆ ਰਹੇ ਨੇ। ਉੱਥੇ ਗੱਡੀ ਖੜ੍ਹੀ ਸੀ, ਮੈਨੂੰ ਪਤਾ ਲੱਗ ਗਿਆ ਕੋਈ ਸਰਕਲ ਬਣ ਗਿਆ ਨਾ ਇੱਧਰ, ਤਾਂ ਕਰਕੇ ਅਸੀਂ ਸਰਕਲ ਦੇ ਸਿਰੇ ਜੇ ਸੀਗੇ। ਇਹਦੇ ਸ਼ੋਟ ਲੱਗਦੇ ਹੀ ਨਹੀਂ ਮੇਰੇ ਤੋਂ, ਕੋਈ ਸਸਤੀ ਸਨੈਪਿੰਗ ਆ ਮੇਰੀ, ਵੈਸੇ ਇੰਨੀ ਵਧੀਆ ਨਹੀਂ ਹੈਗੀ, ਮਾੜੀ ਮੋਟੀ ਚਲਾ ਲਈਦੀ ਆ ਜਦੋਂ ਹੱਥ ਉੱਥੇ 'ਚ ਆ ਜਾਂਦੀ ਹੈ, ਵੈਸੇ ਇੰਨੀ ਤਕੜੀ ਸਨੈਪਿੰਗ ਨਹੀਂ ਹੈਗੀ ਆਪਣੀ। ਅਤੇ ਦੇਖਿਓ ਫਿਰ ਬੰਦੀ ਬੰਦੇ ਉਹ ਮਣੇ ਵੀਰੇ ਦੇ ਪੀਕ ਲੈ ਰਿਹਾ ਸੀ, ਜਦ ਨੂੰ ਪਹਿਲ ਤਾਂ ਐਂ ਫਾਇਦਾ ਹੁੰਦਾ ਵੀਰੇ ਦੋ ਬੰਦਿਆਂ ਦਾ ਜੋ ਸਾਥ ਰਹਿੰਦੇ ਹਾਂ, ਅਸੀਂ ਦੋਵੇਂ ਇਕੱਠੇ ਰਹਿੰਦੇ ਹਾਂ। ਹੁਣ ਉਹ ਤਾਂ ਪੀਕ ਲੈ ਰਿਹਾ ਸੀ, ਇਹ ਚੌਧਰੀ ਜੀ ਸਮਾਨ ਲੁੱਟ ਰਹੇ ਨੇ ਆਪਣਾ ਟੌਰ ਨਾਲ, ਸਮਾਨ ਹੀ ਨਹੀਂ ਪੂਰਾ ਹੋ ਰਿਹਾ, ਗਰੋਜਾ ਗਰੂਜਾ, ਦੇਖੋ ਰੇ ਬੰਦੀ ਬੰਦੇ। ਇਹ ਬੰਦਾ ਕਿਸੇ ਹੋਰ 'ਤੇ ਪੀਕ ਕਰ ਰਿਹਾ ਤਾਂ ਇੱਕ ਬੰਦਾ ਹੋਰ ਹੋਊਗਾ ਉੱਥੇ ਸ਼ਾਇਦ। ਅਤੇ ਹੁਣ ਇੱਧਰੋਂ ਗੋਲੀਆਂ ਗੋਲੀਆਂ ਚੱਲਦੀਆਂ ਹੁੰਦੀਆਂ, ਮਹਾਂ ਨਾਲੇ ਸਰਕਲ ਬਣ ਗਿਆ, ਸਰਕਲ 'ਚ ਬਗ ਚੱਲੀਏ। ਅਤੇ ਉਰੇ ਮੈਂ ਦੇਖਦਾ ਪਹਿਲੀ ਇਹ MW ਚੱਲ ਰਹੀ ਹੁੰਦੀ ਹੈ, ਮੈਂ ਦੇਖਦਾ ਬੰਦਾ ਮਾਂ ਕਿਤੇ ਉਹ ਚਬੂਤਰੇ ਜਿਹੇ 'ਚ ਹੈ, ਪਰ ਨਹੀਂ, ਮਣਾ ਵੀਰਾ ਕਹਿੰਦਾ ਮੈਨੂੰ ਦੇਖ ਗਿਆ ਬੰਦਾ। ਮਹਾਂ ਮਣਾ ਵੀਰਾ ਇਹ ਤੋਂ ਪਹਿਲਾਂ ਕਿੱਲ ਚੋਰੀ ਕਰ ਲਏ ਮਿੱਤਰਾ, ਠੋਕ ਲੱਭ ਕੇ ਉਹਨੂੰ। ਅਤੇ ਦੇਖੋ ਜਿਹੜੇ ਜਿਹੜੇ ਬੰਦੇ ਨੂੰ ਆਹ ਸ਼ੋਟ ਵਧੀਆ ਲੱਗਿਆ ਹੋਵੇ ਤਾਂ ਯਾਰ ਨੇਰੀ ਠਾਲ ਦਿਓ, ਤੁਸੀਂ ਆਪ ਇਹ ਦੇਖ ਕੇ ਵੀਡੀਓ, ਤੁਹਾਡਾ ਮੱਲੋ ਮੱਲੀ ਹੱਥ ਲਾਈਕ ਨੂੰ ਜਾਊਗਾ, ਜਿਹੜੇ ਨਵੇਂ ਨੇ ਉਹ ਸਬਸਕ੍ਰਾਈਬ ਕਰਨਗੇ। ਅਤੇ ਉਰੇ ਅੱਗੇ ਮਣਾ ਵੀਰਾ ਕਹਿੰਦਾ ਦੇਖਿਓ ਵੀ ਮੈਂ ਬੰਦਾ ਦੇਖ ਰਿਹਾ ਵੀ ਉੱਧਰ ਸਾਈਡ 'ਤੇ ਬੰਦਾ, ਇਹਨੇ ਜਾ ਕੇ ਤੁਹਾਡਾ ਭਾਈ ਠੋਕ ਦਿੰਦਾ ਇਹਨੂੰ, ਇਹਦੀ ਹੈਲਥ ਘੱਟ ਹੁੰਦੀ ਹੈ ਕਿਉਂ ਪਹਿਲਾਂ ਇਹ ਲੜ ਰਹੇ ਹੁੰਦੇ ਨੇ ਉੱਥੇ, ਅਤੇ ਇੱਧਰ ਵੀ ਆਹ ਬੰਦੇ ਦੀ ਹੈਲਥ ਘੱਟ ਹੁੰਦੀ ਆ, ਇਹ ਵੀ ਲੜ ਰਿਹਾ ਸੀਗਾ, ਹੈਲਥ ਹੁਲਥ ਪੂਰੀ ਨਹੀਂ ਕਰਦੇ, ਅਸੀਂ ਭੱਜ ਲੈਂਦੇ ਆ ਇਹ, ਅਤੇ ਇਹਦੇ ਵੀ ਇੱਕ ਸ਼ੋਟ 'ਚ ਜਾਂਦਾ ਇਹ। ਅਤੇ ਉਹ ਉੱਥੇ ਮੈਂ ਦੇਖਦਾ ਮਹਾਂ ਕਿਤੇ ਉਹ ਜੋਨ 'ਚੋਂ ਬਾਹਰ ਫਿਰਦਾ ਹੋਵੇ ਕੋਈ, ਉਹ ਰੇੜੀ ਹੇਠ ਨੂੰ ਜਾ ਰਹੀ ਹੁੰਦੀ ਆ ਜਿਹੜੀ ਜੰਮੂ ਕਸ਼ਮੀਰ ਘਣੀ ਹੁੰਦੀ ਹੈ। ਅਤੇ ਉਰੇ ਫਿਰ ਇੱਕ ਇਹਦੇ ਸਪਰੇਅ ਦੇਖੋ ਕਿੰਨਾ ਘੈਂਟ ਦਿੱਤਾ ਜਾਂਦਾ। ਅਤੇ ਆਪਣਾ ਲਾਸਟ ਬੰਦਾ ਮਨਪਿੰਦਰ ਵੀਰਾ ਕਿੱਲ ਕਰ ਦਿੰਦਾ, ਚਲੋ ਇਹ ਵੀ ਆਪਣਾ ਭਾਈ ਓ ਹੈ। ਦੇਖੋ ਫਿਰ ਹੋ ਗਿਆ ਵਿਨਰ ਵਿਨਰ ਚਿਕਨ ਡਿਨਰ। ਜੇ ਵੀਡੀਓ ਦੇਖ ਕੇ ਸਵਾਦ ਆ ਗਿਆ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਜਿਨ੍ਹਾਂ ਨੇ ਕਰਿਆ ਹੋਇਆ ਉਹਨਾਂ ਦਾ ਧੰਨਵਾਦ, ਜਿਹੜੇ ਨਵੇਂ ਆ ਉਹ ਸਬਸਕ੍ਰਾਈਬ ਕਰ ਲੈਣ, ਅਤੇ ਸਾਡੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨਾਲ ਜੁੜੇ ਰਹੋ, ਅਤੇ ਬੈੱਲ ਆਈਕਨ 'ਤੇ ਪ੍ਰੈਸ ਕਰ ਲਓ, ਅਤੇ ਇਹ ਬਿਲਕੁਲ ਫ੍ਰੀ ਆ। ਅਤੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ, ਸਪੋਰਟ ਕਰਦੇ ਰਹੋ, ਅਸੀਂ ਵੀ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ। ਓਕੇ ਜੀ, ਥੈਂਕਸ ਫੋਰ ਵਾਚਿੰਗ। ਅੰਗਰੇਜ਼ੀ ਮਾਰ ਲਈਏ ਮਹਾਂ ਥੋੜ੍ਹੀ ਜੀ।